ਅਗਲੀ ਖਬਰ ਤਾਈਵਾਨ ਦੇ ਨਾਲ ਸੰਬੰਧਿਤ ਆ ਅੰਤਰਰਾਸ਼ਟਰੀ ਪੱਧਰ ਤੇ ਉੱਤੇ ਕਈ ਘਟਨਾਵਾਂ ਪਿਛਲੇ ਦਿਨਾਂ ਦੇ ਵਿੱਚ ਵਾਪਰੀਆਂ ਇਹਨਾਂ ਘਟਨਾਵਾਂ ਦੇ ਵਿੱਚੋਂ ਇੱਕ ਵੱਡੀ ਘਟਨਾ ਇਹ ਸੀ ਕਿ ਹਾਊਸ ਆਫ ਕਾਮਨਸ ਦੇ ਸਪੀਕਰ ਅਮਰੀਕਾ ਦੇ ਵਿੱਚ ਨੈਂਸੀ ਪਲੋਸੀ ਤਾਈਵਾਨ ਗਈ ਸੀ ਉਹਨਾਂ ਦੇ ਤਾਈਵਾਨ ਜਾਣ ਤੋਂ ਬਾਅਦ ਅਮਰੀਕਾ ਤੇ ਚੀਨ ਦੇ ਵਿਚਕਾਰ ਜਿਹੜਾ ਸਿੱਧਾ ਸਿੱਧਾ ਤਣਾਅ ਹੋ ਗਿਆ ਸੀ ਉਹਨਾਂ ਦੇ ਵਿੱਚ ਚੀਨ ਕਹਿੰਦਾ ਸੀ ਕਿ ਅਮਰੀਕਾ ਵਾਲੇ ਇੱਥੇ ਨਾ ਆਉਣ ਕਿ ਤੁਸੀਂ ਸਾਡਾ ਨਿੱਜੀ ਮਾਮਲਾ ਹੈ ਇਹ ਸਾਡਾ ਅੰਦਰੂਨੀ ਮਾਮਲਾ ਆ ਇਹ ਤਾਈਵਾਨ ਦੇ ਨਾਲ ਚੀਨ ਦਾ ਕਿ ਤੁਸੀਂ ਇਹਦੇ ਵਿੱਚ ਦਖਲ ਅੰਦਾਜੀ ਨਾ ਕਰੋ ਬਾਅਦੂ ਉਹਨਾਂ ਦੀ ਵਾਰਨਿੰਗ ਦੇ ਹਾਊਸ ਆਫ ਕਾਮਨਸ ਦੀ ਜਿਹੜੇ ਉੱਥੇ ਸਪੀਕਰ ਨੇ ਨੈਂਸੀ ਪੀਲੋਸੀ ਉਹ ਉੱਥੇ ਜਾ ਕੇ ਆਏ ਸੀ ਤੇ ਉਹਦੇ ਤੋਂ ਬਾਅਦ ਟੈਨਸ਼ਨ ਕ੍ਰੀਏਟ ਹੋ ਗਈ ਸੀ ਹੁਣ ਮਾਮਲਾ ਕੈਨੇਡਾ ਦਾ ਆ ਕੈਨੇਡਾ ਲਗਭਗ ਉਹੀ ਕਰਦਾ ਜੋ ਅਮਰੀਕਾ ਨੇ ਕਰਨਾ ਹੁੰਦਾ ਤੇ ਉਹਨਾਂ ਦੇ ਪਿੱਛੇ ਪਿੱਛੇ ਹੀ ਚੱਲਣਾ ਹੁੰਦਾ ਉਹਨਾਂ ਦੇ ਨਾਲ ਇਹਨਾਂ ਦਾ ਸਾਰਾ ਕੁਝ 21 ਗੱਲਬਾਤ ਆ ਤੇ ਹੁਣ ਪਤਾ ਇਹ ਲੱਗ ਰਿਹਾ ਕਿ ਕੈਨੇਡਾ ਦੇ ਐਮਪੀ ਵੀ ਤਾਈਵਾਨ ਜਾ ਰਹੇ ਆ ਇੱਕ ਪਲਾਨ ਕੀਤਾ ਜਾ ਰਿਹਾ ਆ ਕੈਮਪੀਸ ਨੂੰ ਤਾਈਵਾਨ ਦੀ ਯਾਤਰਾ ਤੇ ਉਹਦੇ ਤੋਂ ਬਾਅਦ ਹੁਣ ਇਹਦੇ ਨਾਲ ਨਤੀਜੇ ਕੀ ਨਿਕਲਣੇ ਆ ਤੇ ਉਹਦੇ ਬਾਰੇ ਵੀ ਗੱਲਬਾਤ ਕੀਤੀ ਜਾ ਰਹੀ ਆ ਤੁਹਾਨੂੰ ਪਤਾ ਪਹਿਲਾਂ ਹੀ ਜਿਹੜੀ ਉਹਦੀ ਇੱਕ ਟੈਲੀਕਮ ਦੀ ਅਧਿਕਾਰਤ ਸੀਗੀ ਉਹਨੂੰ ਇੱਥੇ ਵੈਨਕੂਵਰ 에ਰਪੋਰਟ ਦੇ ਉੱਤੇ ਅਮਰੀਕਾ ਦੇ ਕਹਿਣ ਤੇ ਗ੍ਰਿਫਤਾਰ ਕਰਨ ਤੋਂ ਬਾਅਦ ਕੈਨੇਡਾ ਦੇ ਦੋ ਮਾਈਕਲਸ ਨੂੰ ਚੀਨ ਨੇ ਗ੍ਰਿਫਤਾਰ ਕਰ ਲਿਆ ਸੀ ਮਤਲਬ ਅਮਰੀਕਾ ਦੇ ਕਹਿਣ ਦੇ ਉੱਤੇ ਕੈਨੇਡਾ ਨੇ ਚੀਨ ਨਾਲ ਸਬੰਧ ਵਿਗਾੜ ਲਿਆ ਸੀ ਤੇ ਹੁਣ ਫੇਰ ਲਗਭਗ ਉਦੋਂ ਦੀ ਹਾਲਤ ਆ ਚੀਨ ਇਸ ਗੱਲ ਤੋਂ ਨਹੀਂ ਖੁਸ਼ ਹੋਊਗਾ ਕਿ ਕੈਨੇਡਾ ਦਾ ਕੋਈ ਵੀ ਜਿਹੜਾ ਰਿਪ੍ਰেজੈਂਟੇਟਿਵ ਆ ਉਹ ਤਾਈਵਾਨ ਦੀ ਯਾਤਰਾ ਕਰੇ ਤੇ ਉੱਥੇ ਜਾ ਕੇ ਉਹਨਾਂ ਨਾਲ ਕੋਈ ਗੱਲਬਾਤ ਕਰੇ ਪਿਛਲੇ ਹਫ਼ਤੇ ਇੱਕ ਕੈਨੇਡਾ ਤਾਈਵਾਨ ਫਰੈਂਡਸ਼ਿਪ ਗਰੁੱਪ ਆ ਉਹਦੀ ਚੇਅਰ ਐਮਪੀ ਜੂਡੀ ਸਗਰੋ ਆ ਉਹਨੇ ਕਿਹਾ ਸੀ ਕਿ ਕੈਨੇਡੀਅਨ ਐਮਪੀ ਤੇ ਸੈਨੇਟਰ ਅਕਤੂਬਰ ਮਹੀਨੇ ਇਹ ਪਲਾਨ ਕਰ ਰਹੇ ਸੋਚ ਰਹੇ ਆ ਕਿ ਉਹ ਤਾਈਵਾਨ ਦੀ ਯਾਤਰਾ ਕਰਨ ਹੁਣ ਐਸ ਸਮੇਂ ਦੇ ਵਿੱਚ ਜਦੋਂ ਚੀਨ ਸਿੱਧਾ ਸਿੱਧਾ ਕਹਿ ਰਿਹਾ ਕਿ ਤਾਈਵਾਨ ਦੇ ਵਿੱਚ ਨਾ ਆਓ ਤੇ ਇੱਥੇ ਦਖਲਅੰਦਾਜ਼ੀ ਨਾ ਕਰੋ ਉਸ ਵੇਲੇ ਦੇ ਉੱਤੇ ਕੈਨੇਡਾ ਦੇ ਮੈਂਬਰ ਪਾਰਲੀਮੈਂਟਸ ਦਾ ਤਾਈਵਾਨ ਜਾਣਾ ਕੁਦਰਤੀ ਤੌਰ ਦੇ ਉੱਤੇ ਵੱਡਾ ਸੰਕਟ ਪੈਦਾ ਕਰ ਸਕਦਾ ਉਧਰਲੇ ਪਾਸੇ ਜਿਹੜਾ ਯੂਕਰੇਨ ਤੇ ਰਸ਼ੀਆ ਉਹਦੀ ਆਪਸ ਵਿੱਚ ਲੜਾਈ ਚੱਲ ਰਹੀ ਹੈ ਚੀਨ ਕਿਤੇ ਨਾ ਕਿਤੇ ਰਸ਼ੀਆ ਦੇ ਨਾਲ ਆਮਰੀਕਾ ਸਿੱਧੇ ਤੌਰ ਤੇ ਯੂਕਰੇਨ ਦੇ ਨਾਲ ਉਹ ਸੰਕਟ ਤੇ ਇਧਰਲੇ ਪਾਸੇ ਲਗਭਗ ਉਦਾਂ ਦੀ ਸਥਿਤੀ ਜਿਹੜੀ ਹੈ ਤਾਈਵਾਨ ਤੇ ਚੀਨ ਦੀ ਵੀ ਹੈ ਸੋ ਹੁਣ ਇਸ ਵੇਲੇ ਜਿਹੜਾ ਇਹ ਡਰਾ ਕਿ ਇਹਨਾਂ ਦੀ ਉੱਥੇ ਵਿਜ਼ਿਟ ਦੇ ਨਾਲ ਚੀਨ ਤੇ ਕੈਨੇਡਾ ਦੇ ਵਿਚਕਾਰ ਤਣਾਅ ਨਾ ਵਧ ਜਵੇ। ਸੋ ਇਹ ਗੱਲਬਾਤ ਬਾਰੇ ਹੁਣ ਬਹੁਤ ਸਾਰੇ ਲੋਕਾਂ ਨੇ ਨਿੰਦਾ ਕੀਤੀ ਸੀ। ਚੀਨ ਨੇ ਵੀ ਨਿੰਦਾ ਕੀਤੀ ਸੀ ਨੈਂਸੀ ਫਲੋਸੀ ਦੇ ਤਾਈਵਾਨ ਦੌਰੇ ਦੀ। ਚੀਨ ਤਾਈਵਾਨ ਨੂੰ ਆਪਣਾ ਹਿੱਸਾ ਮੰਨਦਾ ਤੇ ਜਦੋਂ ਹੀ ਨੈਂਸੀ ਪੈਲੋਸੀ ਉੱਥੇ ਚੀਨ ਦੇ ਵਿੱਚ ਗਏ ਸੀ ਤਾਈਵਾਨ ਦੇ ਵਿੱਚ ਗਏ ਸੀ ਤਾਂ ਚੀਨ ਨੇ ਉੱਥੇ ਜਿਹੜਾ ਜਿਹੜਾ ਨਾਲ-ਨਾਲ ਸਮੁੰਦਰ ਲੱਗਦਾ ਸੀ ਉੱਥੇ ਆਪਣੀਆਂ ਫੌਜੀ ਡ੍ਰਿਲ ਸ਼ੁਰੂ ਕਰ ਦਿੱਤੀਆਂ ਸੀ ਤੇ ਲੱਗਦਾ ਏਦਾਂ ਸੀ ਕਿ ਉਹਨਾਂ ਨੇ ਹੁਣੇ ਹੀ ਹਮਲਾ ਕਰਕੇ ਤਾਈਵਾਨ ਨੂੰ ਆਪਣੇ ਕਬਜ਼ੇ ਦੇ ਵਿੱਚ ਪੂਰੀ ਤਰ੍ਹਾਂ ਕਰ ਲੈਣਾ ਆ। ਸੋ ਜਿਹੜੇ ਟਰੂਡੋ ਨੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜਸਟਨ ਟਰੂਡੋ ਉਹਨਾਂ ਨੇ ਕਿਹਾ ਕਿ ਐਮਪੀਜ਼ ਜਿਹੜੀਆਂ ਕਮੇਟੀਆਂ ਆ ਉਹ ਆਪਣੇ ਉਹਦੇ ਨਾਲ ਆਪ ਫੈਸਲੇ ਲੈਂਦੇ ਆ ਤੇ ਉਹਨਾਂ ਨੂੰ ਡਿਸਾਈਡ ਕਰਨਾ ਚਾਹੀਦਾ ਹੈ ਕਿ ਉਹਨਾਂ ਨੇ ਕੀ ਕਰਨਾ ਤੇ ਇਹ ਉਹ ਕਹਿੰਦੇ ਆ ਵੀ ਅਸੀਂ ਇਸ ਗੱਲ ਬਾਰੇ ਮਤਲਬ ਸੋਚ ਰਹੇ ਆ ਕਿ ਜਿਹੜੇ ਐਮਪੀ ਜਿਹੜੇ ਯਾਤਰਾ ਕਰਨ ਜਾਂ ਨਾ ਕਰਨ ਇਹਦੇ ਨਾਲ ਅਸਰ ਕੀ ਪੈਂਦਾ ਨਾ ਕਰਨ ਨਾਲ ਕੀ ਅਸਰ ਪੈਂਦਾ ਤੇ ਕਰਨ ਨਾਲ ਕੀ ਅਸਰ ਪੈਂਦਾ ਉਹਦੇ ਜਿਹੜੇ ਰਿਜ਼ਲਟ ਆਉਣੇ ਉਹਦੇ ਉੱਤੇ ਅਸੀਂ ਵਿਚਾਰ ਜ਼ਰੂਰ ਕਰਨਾ ਚਾਹੁੰਦੇ ਆ ਇਹ ਜਿਹੜਾ ਹੁਣ ਇਹ ਦੌਰਾ ਕਿਹਾ ਜਾ ਰਿਹਾ ਕਿ ਮੁੱਖ ਤੌਰ ਦੇ ਤੇ ਵਪਾਰਕ ਕਮੇਟੀ ਦਾ ਆ ਕਿ ਜਿਹੜੀ ਡੀਲ ਦੋਵਾਂ ਦੇਸ਼ਾਂ ਦੇ ਵਿੱਚ ਕੈਨੇਡਾ ਤੇ ਤਾਈਵਾਨ ਦੇ ਵਿੱਚ ਆ ਉਹ ਸਿਰਫ ਵਪਾਰਕ ਆ ਤੇ ਇਹਨੂੰ ਜਿਹੜਾ ਇਹ ਕੈਨੇਡਾ ਤਾਈਵਾਨ ਫਰੈਂਡਸ਼ਿਪ ਗਰੁੱਪ ਆ ਇਹਦੇ ਪਰ ਉਹ ਯੋਜਨਾ ਕੀਤਾ ਜਾ ਰਿਹਾ ਤੇ ਤਾਈਵਾਨ ਸਰਕਾਰ ਇਹਦੇ ਪੈਸੇ ਦੇਊਗੀ ਸਾਰੇ ਫੰਡਿੰਗ ਜਿਹੜੀ ਸਪਾਂਸਰਸ਼ਿਪ ਆ ਜਿਹੜੀ ਸਪਾਂਸਰ ਤਾਈਵਾਨ ਸਰਕਾਰ ਕਰ ਰਹੀ ਹੈ ਉਹਨੇ ਸਪਾਂਸਰ ਕੀਤਾ ਇਸ ਸਾਰੇ ਕੁਸ਼ ਨੂੰ ਕੈਨੇਡIAN ਐਮਪੀਜ਼ ਦੀ ਹੈ ਯੋਜਨਾ ਸਿਰੇ ਚੜਦੀ ਹੈ ਇਹ ਉੱਥੇ ਜਾਂਦੇ ਆ ਜੇ ਚਲੇ ਜਾਂਦੇ ਆ ਤਾਂ ਉਹਦਾ ਭਵਿੱਖ ਤੇ ਵਿੱਚ ਸੱਟਾ ਕੀ ਨਿਕਲਿਆ ਜਸਟਨ ਟਰੂਡੋ ਦੀ ਸਰਕਾਰ ਨੂੰ ਪਹਿਲਾਂ ਬਹੁਤ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਜਦੋਂ ਦੋ ਮਾਈਕਲਸ ਨੂੰ ਚੀਨ ਨੇ ਉੱਥੇ ਫੜ ਕੇ ਰੱਖਿਆ ਸੀ ਤੇ ਸਰਕਾਰ ਕੁਝ ਕਰਨੀ ਸੀ ਸਕੀ ਹੁਣ ਇਹਦੇ ਤੋਂ ਬਾਅਦ ਚੀਨ ਕੀ ਕਰਦਾ ਕੈਨੇਡਾ ਦੇ ਨਾਲ ਕਿਉਂਕਿ ਬਹੁਤ ਸਾਰੇ ਵਪਾਰ ਦੇ ਉੱਤੇ ਕੈਨੇਡਾ ਚੀਨ ਦੇ ਨਾਲ ਵਪਾਰ ਦੇ ਉੱਤੇ ਵੀ ਉਹਨਾਂ ਦਿਨਾਂ ਦੇ ਵਿੱਚ ਬਹੁਤ ਵੱਡਾ ਅਸਰ ਪਿਆ ਸੀ ਜਿਹੜੇ 8 ਸਰਕਾਰੀ ਨੁਮਾਣੇ ਫਰੈਂਡਸ਼ਿਪ ਗਰੁੱਪ ਦੇ ਤੇ ਅੰਤਰਰਾਸ਼ਟਰੀ ਵਪਾਰ ਕਮੇਟੀ ਦੇ ਮੈਂਬਰ ਇਹਦੇ ਵਿੱਚ ਹੋਣਗੇ ਕਨਜ਼ਰਵਟਿਵ ਐਮਪੀ ਥੋੜਾ ਜਿਹਾ ਇਸ ਗੱਲ ਦੇ ਉੱਤੇ ਮਤਲਬ ਹੈਗਾ ਕਿ ਅਸੀਂ ਚੀਨ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ ਕਨਜ਼ਰਵਟਿਵ ਪਾਰਟੀ ਸਾਫ਼ ਤੌਰ ਦੇ ਉੱਤੇ ਇਹਨਾਂ ਦੇ ਥੋੜਾ ਜਿਹਾ ਉਲਟਾ ਉਹ ਕਹਿੰਦੇ ਚੀਨ ਨੂੰ ਨਾਰਾਜ਼ ਕਰਨ ਦਾ ਸਾਨੂੰ ਇਸ ਵੇਲੇ ਰਿਸਕ ਨਹੀਂ ਲੈਣਾ ਚਾਹੀਦਾ ਸਾਨੂੰ ਫਾਇਦਾ ਵੀ ਕੋਈ ਨਹੀਂ ਤੇ ਅਸੀਂ ਉਹਨਾਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ ਹਾਲਾਂਕਿ ਹਾਊਸ ਆਫ ਕਾਮਨਸ ਨੇ ਇਹਦੇ ਲਈ ਕੋਈ ਬਜਟ ਮਨਜ਼ੂਰ ਨਹੀਂ ਕੀਤਾ ਕਿੰਨੇ ਇਹਦੇ ਤੇ ਖਰਚਾ ਆਉਣਾ ਕੀ ਆਉਣਾ ਤਾਈਵਾਨ ਤੇ ਚਾਹੁੰਦੇ ਇਹ ਹੈ ਇਹ ਗਰੁੱਪ ਜਿਹੜਾ ਕਿਸੀ ਤਾਈਵਾਨ ਤੇ ਸਿੰਗਾਪੁਰ ਜਾ ਕੇ ਆਈਏ ਸਿੰਗਾਪੁਰ ਜਾਣ ਦੇ ਵਿੱਚ ਕੋਈ ਸਮੱਸਿਆ ਨਹੀਂ ਪਰ ਤਾਈਵਾਨ ਦੇ ਨਾਲ ਸਿੱਧੀ ਸਿੱਧੀ ਸਮੱਸਿਆ ਹੈਗੀ ਐਨਡੀਪੀ ਐਮਪੀ ਤੇ ਜਿਹੜੇ ਅੰਤਰਰਾਸ਼ਟਰੀ ਵਪਾਰ ਕਮੇਟੀ ਦੇ ਮੈਂਬਰ ਨੇ ਬ੍ਰਾਇਨ ਮੈਸ਼ੀ ਉਹਨਾਂ ਨੇ ਪਿਛਲੇ ਹਫ਼ਤੇ ਇਹ ਗੱਲਬਾਤ ਕਹੀ ਸੀ ਕਿ ਕੈਨੇਡੀਅਨਸ ਨੂੰ ਜਿਹੜੇ ਹੋਰ ਡੈਮੋਕ੍ਰੇਸੀਜ਼ ਨੇ ਉਹਨਾਂ ਦੀ ਸਾਨੂੰ ਮਦਦ ਕਰਨੀ ਚਾਹੀਦੀ ਆ ਜਿਹੜੇ ਵੀ ਖਾਸ ਤੌਰ ਦੇ ਉੱਤੇ ਆਪਣੀ ਆਜ਼ਾਦੀ ਲਈ ਲੜ ਰਹੇ ਆ ਹੁਣ ਜਦੋਂ ਐਨਡੀਪੀ ਦੇ ਮੈਂਬਰ ਪਾਰਲੀਮੈਂਟ ਇਹ ਗੱਲਬਾਤ ਕਰ ਰਹੇ ਆ ਕਿ ਸਾਨੂੰ ਉਹਨਾਂ ਸਾਰੇ ਥਾਵਾਂ ਦੇ ਉੱਤੇ ਮਦਦ ਕਰਨੀ ਚਾਹੀਦੀ ਆ ਜਿਹੜੇ ਆਪਣੀ ਡੈਮੋਕ੍ਰੇਸੀ ਦੇ ਲਈ ਲੜਾਈ ਕਰ ਰਹੇ ਆ ਤਾਂ ਬੜੀ ਸਿੱਧੀ ਜੀ ਗੱਲ ਆ ਕਿ ਇਹ ਜਿਹੜੇ ਚੀਨ ਤੇ ਤਾਈਵਾਨ ਦੇ ਮਾਮਲੇ ਦੇ ਵਿੱਚ ਤਾਈਵਾਨ ਦੀ ਸਪੋਰਟ ਕਰ ਰਹੇ ਕਿਉਂਕਿ ਉਹ ਆਪਣੀ ਆਜ਼ਾਦੀ ਦੇ ਲਈ ਇਸ ਵੇਲੇ ਚੀਨ ਦੇ ਨਾਲ ਲੜ ਰਿਹਾ ਹੈ ਸੋ ਹੁਣ ਕੰਜ਼ਰਵਟਿਵ ਮੈਂਬਰ ਪਾਰਲੀਮੈਂਟ ਇਹ ਕਹਿ ਰਹੇ ਆ ਕਿ ਜਿਹੜੀਆਂ ਆ ਜਿੰਨਾ ਚਿਰ ਕੋਵਿਡ ਸੀਗਾ ਇੰਨਾ ਚਿਰ ਇਹ ਬੰਦ ਰਿਹਾ ਉਹਦੇ ਤੋਂ ਪਹਿਲਾਂ ਜਿਹੜਾ ਕੈਨੇਡਾ ਤਾਈਵਾਨ ਫਰੈਂਡਸ਼ਿਪ ਗਰੁੱਪ ਆ ਹਰ ਸਾਲ ਲਗਭਗ ਦੋ ਵਾਰੀ ਤਾਈਵਾਨ ਜਾਂਦਾ ਸੀ ਹੁਣ ਜਾਂਦੇ ਤੇ ਉਹ ਪਹਿਲਾਂ ਸੀਗੇ ਪਰ ਹੁਣ ਕਿਉਂਕਿ ਨਵਾਂ ਨਵਾਂ ਇਹ ਅਮਰੀਕਾ ਦਾ ਨੈਨਸ਼ਿਪ ਪਲੋਸੀ ਦੀ ਯਾਤਰਾ ਕੰਟਰੋਵਰਸੀ ਦੇ ਵਿੱਚ ਹੋਈ ਹੈ ਤੇ ਇਹ ਹੁਣ ਯਾਤਰਾ ਪਹਿਲਾਂ ਵਾਲੀ ਨਹੀਂ ਰਹੂਗੀ ਵੀ ਜਿੱਦਾਂ ਕੋਵਿਡ-19 ਤੋਂ ਪਹਿਲਾਂ ਸਾਲ ਦੇ ਵਿੱਚ ਦੋ ਵਾਰੀਆਂ ਗਰੁੱਪ ਜਾਂਦਾ ਸੀ ਤੇ ਗੱਲ ਆਈ ਗਈ ਹੋ ਜਾਂਦੀ ਸੀ ਹੁਣ ਇਹ ਗੱਲ ਨੋਟਿਸ ਕੀਤੀ ਜਾਊਗੀ ਤੇ ਹੋ ਸਕਦਾ ਚੀਨ ਇਸ ਮਾਮਲੇ ਦੇ ਵਿੱਚ ਕੈਨੇਡਾ ਦੇ ਨਾਲ ਨਾਰਾਜ਼ ਹੋ ਜਵੇ ਤੇ ਇਹਦਾ ਅਸਰ ਕੈਨੇਡਾ ਦੇ ਉੱਤੇ ਪਾਊਗਾ ਪਾਊਗਾ ਸੋ ਹੁਣ ਇਸ ਤਣਾਅ ਨੂੰ ਕਿਸ ਤਰ੍ਹਾਂ ਘੱਟ ਕੀਤਾ ਜਾ ਸਕਦਾ ਇਹਨਾਂ ਨੂੰ ਉੱਥੇ ਭੇਜਣਾ ਚਾਹੀਦਾ ਜਾਂ ਨਹੀਂ ਭੇਜਣਾ ਚਾਹੀਦਾ ਕਈ ਵਾਰੀ ਇਹ ਵੀ ਲੱਗਦਾ ਕਿ ਇਹ ਸਾਨੂੰ ਜਿਹੜਾ ਬਹਾਨਾ ਨਹੀਂ ਬਣਾਉਣਾ ਚਾਹੀਦਾ ਉਥੋਂ ਦੀਆਂ ਜਿਹੜੀਆਂ ਫੌਜੀ ਡ੍ਰਿਲਸ ਹੋ ਰਹੀਆਂ ਹਨ ਦੂਜਾ ਇਹ ਹੈ ਕਿ ਇਹ ਵੀ ਚਾਹੁੰਦੀ ਹੈ ਕੈਨੇਡਾ ਇਹ ਵੀ ਚਾਹੁੰਦਾ ਹੈ ਕਿ ਸਾਡੇ ਤਾਈਵਾਨ ਦੇ ਨਾਲ ਸਬੰਧ ਜਿਹੜੇ ਕਾਫੀ ਮਜ਼ਬੂਤ ਹੋਣ ਜਿਸ ਤਰ੍ਹਾਂ ਹੈਗੇ ਆ ਦੋਵਾਂ ਦੇਸ਼ਾਂ ਨੂੰ ਇਹਦੇ ਵਿੱਚ ਵੀ ਫਾਇਦਾ ਹੁੰਦਾ ਸਿਰਫ ਇਸ ਗੱਲ ਕਰਕੇ ਵੀ ਇਸ ਗੱਲ ਤੋਂ ਚੀਨ ਨਾਰਾਜ਼ ਹੁੰਦਾ ਆ ਸਾਨੂੰ ਪਿੱਛੇ ਨਹੀਂ ਹਟਣਾ ਚਾਹੀਦਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ